ਅੱਜ ਮਾਛੀ ਜੋ ਆ ਪਿੰਡ ਤੁਹਾਨੂੰ ਵਿਖਾਵਾਂਗੇ ਜੀ, ਜਿਸ ਦਾ 47 ਦੀ ਵੰਡ ਨਾਲ ਇੱਕ ਰਿਸ਼ਤਾ ਆ। ਅਤੇ ਆਓ ਵੇਖ ਜਾਣਦੇ ਹਾਂ ਜੀ ਇਸ ਪਿੰਡ ਬਾਰੇ। ਹੇ ਫਰੈਂਡਸ, ਮੈਂ ਲਾਡ ਅਸਮਾਨ ਤੇ ਮਾਨ ਟੋਕਿਸ ਤੇ ਤੁਹਾਡਾ ਸਵਾਗਤ ਹੈ। ਮੈਂ ਇਸ ਟਾਈਮ ਪਿੰਡ ਮਾਛੀ ਜੋ ਵਿੱਚ ਬੈਠਾ ਹਾਂ ਤੇ ਕੁਛ ਮੇਰੇ ਵੀਰ ਜੋ 47 ਤੋਂ ਪਹਿਲਾਂ ਜਿਨ੍ਹਾਂ ਦੀਆਂ ਫੈਮਿਲੀਆਂ ਇਸ ਪਿੰਡ ਵਿੱਚ ਰਹਿੰਦੀਆਂ ਸੀ, ਉਹ ਮੁਸਲਿਮ ਕਮਿਊਨਿਟੀ ਸੀ, ਮੁਸਲਮਾਨ ਪਰਿਵਾਰਾਂ ਨਾਲ ਰਿਲੇਟਡ ਫੈਮਿਲੀਆਂ ਸੀ ਜੋ ਇਸ ਟਾਈਮ ਪਾਕਿਸਤਾਨ ਵਿੱਚ ਜਾ ਚੁੱਕੀਆਂ ਆ। ਤੇ ਮੇਰੇ ਇੱਦਾਂ ਹੀ ਉਹਨਾਂ ਨਾਲ ਤਾਲੁਕਾਤ ਹੋਏ, ਮੇਰੇ ਇੱਕ ਦੋਸਤ ਨੇ ਉਹਨਾਂ ਦੇ ਦੁਆਰਾ ਵਾਇਆ ਤਾਲੁਕਾਤ ਹੋਏ ਤੇ ਉਹਨਾਂ ਨੇ ਮੈਨੂੰ ਇਹ ਕਿਹਾ, ਮੁਹੰਮਦ ਕੰਬੋਜ ਸਾਹਿਬ ਉਹਨਾਂ ਦਾ ਨਾਂ, ਉਹਨਾਂ ਨੇ ਮੈਨੂੰ ਇਹ ਕਿਹਾ ਕਿ ਸਾਡਾ ਜਿਹੜਾ ਪਿੰਡ ਹੈ ਜਿੱਥੇ ਸਾਡੀਆਂ ਮਤਲਬ ਪਹਿਲਾਂ ਫੈਮਿਲੀਆਂ ਰਹੀਆਂ ਨੇ, ਤੇ ਉਹ ਪਿੰਡ ਦਾ ਇੱਕ ਵਧੀਆ ਜਿਹਾ ਵੀਡੀਓ ਬਣਾ ਕੇ ਤੇ ਲੋਡ ਕਰ ਦਿਓ ਤਾਂ ਕਿ ਅਸੀਂ ਪਾਕਿਸਤਾਨ ਬੈਠੇ ਬੈਠੇ ਜੋ ਲੋਕ ਵੀ ਇੱਧਰੋਂ ਇਸ ਪਿੰਡ ਤੋਂ ਗਏ ਨੇ ਉਹ ਪਾਕਿਸਤਾਨ ਬੈਠੇ ਬੈਠੇ ਆਪਣਾ ਪਿੰਡ ਵੇਖ ਸਕੀਏ। ਤੇ ਲਓ ਜੀ, ਮੈਂ ਇਸੇ ਪਿੰਡ ਮਾਛੀ ਜੋ ਬੈਠਾ ਇਸ ਟਾਈਮ, ਤੇ ਮੇਰੇ ਨਾਲ ਇਸ ਪਿੰਡ ਦੇ ਬਹੁਤ ਹੀ ਰਿਸਪੈਕਟਡ ਬਾਪੂ ਜੀ ਬੈਠੇ ਨੇ ਜੋ ਇਹ ਸਾਰੇ ਪਿੰਡ ਬਾਰੇ ਜਾਣਦੇ ਆ, ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਵਿੱਚ ਵਿੱਚ ਆਪਾਂ ਪਿੰਡ ਦੀਆਂ ਵੀ ਜੋ ਵੀਡੀਓ ਅਟੈਚ ਕਰ ਦਾਂਗੇ ਤਾਂ ਕਿ ਨਾਲ ਨਾਲ ਗੱਲਬਾਤ ਚੱਲਦੀ ਰਹੂਗੀ, ਨਾਲ ਨਾਲ ਪਿੰਡ ਵੀ ਵੇਖਿਆ ਜਾ ਸਕੇਗਾ ਜੀ। ਹਾਂਜੀ, ਤੇ ਹਾਂਜੀ, ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਬਾਪੂ ਜੀ, ਕੀ ਨਾਂ ਜੀ ਆਪਣਾ? ਕਰਨੈਲ ਸਿੰਘ। ਕਰਨੈਲ ਸਿੰਘ, ਕਰਨੈਲ ਸਿੰਘ ਚੀਮਾ ਨਾ ਜੀ? ਹਾਂਜੀ। ਤੇ ਭਾਜੀ ਆਪਣਾ ਕੀ ਨਾਂ ਜੀ? ਕੁਲਵੰਤ ਸਿੰਘ ਚੀਮਾ। ਕੁਲਵੰਤ ਸਿੰਘ ਚੀਮਾ, ਤੇ ਆਪਾਂ ਇਸੇ ਪਿੰਡ ਦੇ ਰਹਿਣ ਵਾਲੇ? ਅੱਛਾ ਜੀ, ਮਤਲਬ ਮੈਨੂੰ ਪਤਾ ਨਹੀਂ ਸੀ ਇਸ ਬਾਰੇ। ਠੀਕ ਹੈ ਜੀ, ਤੇ ਮੈਂ ਨਾ ਕੁਛ ਪਿੰਡ ਬਾਰੇ ਜਾਣਨਾ ਚਾਹਾਂਗਾ। ਕਿੰਨੇ ਕੁ ਘਰ ਨੇ ਇਸ ਪਿੰਡ ਵਿੱਚ? 70-80 ਦੇ ਕਰੀਬ ਹੈ ਹੀ ਆ। 70-80 ਘਰ ਨੇ, ਤੇ ਕਿਹੜੀਆਂ ਕਿਹੜੀਆਂ ਕਾਸਟਾਂ ਜੀ ਇੱਥੇ? ਇੱਥੇ ਜੱਟ ਵੀ ਹੈਗੇ ਨੇ, ਚਮਾਰ ਵੀ ਹੈਗੇ ਆ। ਹਾਂਜੀ, ਮਜੜੀ ਸਿੰਘ ਵੀ ਹੈਗੇ ਨੇ। ਠੀਕ ਹੈ ਜੀ, ਬਸ ਇਹੀ 3-4। ਹਾਂਜੀ, ਤੇ ਬਾਪੂ ਜੀ ਤੁਸੀਂ ਇੱਥੇ ਕਿੰਨੇ ਕੁ ਟਾਈਮ ਤੋਂ ਰਹਿ ਰਹੇ ਇਸ ਪਿੰਡ ਵਿੱਚ? ਅਸੀਂ ਜੀ ਇੱਥੇ 1962 ਚੋਂ ਇੱਥੇ ਰਹਿ ਰਹੇ ਹਾਂ। ਠੀਕ ਹੈ, ਇਹ ਜਿਹੜੇ ਸਾਰੇ ਲੋਕ ਇਸ ਪਿੰਡ ਚ ਰਹਿ ਰਹੇ ਨੇ ਇਹ ਕੋਈ ਮਤਲਬ ਪਾਰਟੀਸ਼ਨ ਦੇ ਟਾਈਮ ਦਾ ਵੀ ਹੈ ਜਾਂ ਬਾਕੀ ਉਸ ਤੋਂ ਬਾਅਦ ਹੀ 47 ਤੋਂ ਬਾਅਦ ਹੀ ਸਾਰੇ ਲੋਕ ਰਹਿ ਰਹੇ ਇਸ ਪਿੰਡ? 47 ਤੋਂ ਸਾਰੇ ਬਾਅਦ ਹੀ ਆਏ। ਅੱਛਾ, ਜਿਹੜੇ ਪਹਿਲੀ ਮੁਸਲਿਮ ਫੈਮਿਲੀ ਸੀ ਜਾਂ ਹੋਰ ਜੋ ਵੀ ਲੋਕ ਸੀ ਉਹ ਮਤਲਬ ਇੱਥੋਂ ਇੱਕ ਵਾਰ ਜਾ ਚੁੱਕੇ ਆ? ਇੱਕ ਵਾਰ ਸਾਹਿਬ ਜਾ। ਇਹ ਜੋ ਤੁਸੀਂ ਹੁਣ ਤਸਵੀਰ ਤੁਹਾਡੇ ਸਾਹਮਣੇ ਆਈ ਹੈ ਤੁਸੀਂ ਦੇਖ ਰਹੇ ਹੋ, ਇਹ ਮੁਹੰਮਦ ਅਜ਼ਹਰ ਇਕਬਾਲ ਕੰਬੋਜ ਸਾਹਿਬ ਦੀ ਮਾਤਾ ਜੀ ਨੇ ਜੀ, ਮੰਮੀ ਜੀ ਉਹਨਾਂ ਦੇ, ਜਿਹੜੇ ਇਸੇ ਪਿੰਡ ਪੈਦਾ ਹੋਏ ਸੀ। ਅਤੇ ਜਦੋਂ 47 ਦਾ ਇਹ ਵੰਡ ਦਾ ਵਾਕਿਆ ਹੋਇਆ ਉਦੋਂ ਉਹਨਾਂ ਦੀ ਉਮਰ 1 ਸਾਲ ਸੀ। ਅਤੇ ਆਓ ਜੀ ਦੇਖਦੇ ਹਾਂ ਪਿੰਡ ਬਾਰੇ। ਆਹ ਇੱਕ ਛੋਟਾ ਜਿਹਾ ਪਿੰਡ ਆ ਜੀ, ਕੋਈ ਬਹੁਤ ਵੱਡਾ ਪਿੰਡ ਨਹੀਂ। ਅਤੇ ਆਸੇ ਪਾਸੇ ਦਾ ਜੋ ਰਾਹ ਨਾ ਪਿੰਡ ਦੇ, ਅਸੀਂ ਉੱਥੇ ਰਾਹ 'ਤੇ ਜਾ ਰਹੇ ਹਾਂ। ਅਤੇ ਇਹ ਆਸੇ ਪਾਸੇ ਪਿੰਡ ਦੇ ਰਾਹ ਆ, ਅਤੇ ਸੰਨ ਵਿੱਚ ਪਿੰਡ ਦੇ ਜਿਹੜੇ 70-80 ਘਰ ਆ ਅਤੇ ਬਹੁਤ ਛੋਟੇ ਛੋਟੇ, ਜਿਵੇਂ ਇੱਥੇ ਜਦੋਂ ਪਾਰਟੀਸ਼ਨ ਤੋਂ ਲੋਕ ਉੱਠ ਕੇ ਚਲੇ ਗਏ ਹੋਣਗੇ, ਫਿਰ ਆਏ ਹੋਣਗੇ, ਫਿਰ ਆਰਮੀ ਬੈਕਗਰਾਊਂਡ ਦੇ ਲੋਕ ਜ਼ਿਆਦਾ ਆਏ, ਪੜ੍ਹੇ ਲਿਖੇ ਲੋਕ ਜ਼ਿਆਦਾ ਆਏ, ਉਹਨਾਂ ਨੇ ਉਸ ਹਿਸਾਬ ਨਾਲ ਪਿੰਡ ਬਣਾਇਆ ਜਿਵੇਂ ਇੱਕ ਕਲੋਨੀ ਹੁੰਦੀ ਆ। ਅਤੇ ਪਿੰਡ ਦੇ ਬਾਹਰ ਬਾਹਰ ਘਰ ਨੇ, ਮਤਲਬ ਇੱਕ ਨਾ ਮਤਲਬ ਫੌਜੀਆਂ ਦਾ ਪਿੰਡ ਲੱਗਦਾ ਜੀ, ਪਰ ਵਧੀਆ ਮਤਲਬ ਵਧੀਆ ਬਣਾਇਆ ਹੋਇਆ ਪਿੰਡ ਲੱਗਦਾ ਜੀ, ਡਿਜ਼ਾਇਨ ਕੀਤਾ ਹੋਇਆ ਪਿੰਡ ਆ ਜੀ। ਕਿੰਨੇ ਕੁ ਘਰ ਨੇ ਇਸ ਪਿੰਡ ਵਿੱਚ? 70-80 ਦੇ ਕਰੀਬ ਹੈ ਹੀ ਆ। 70-80 ਘਰ ਨੇ, ਤੇ ਕਿਹੜੀਆਂ ਕਿਹੜੀਆਂ ਕਾਸਟਾਂ ਜੀ ਇੱਥੇ? ਇੱਥੇ ਜੱਟ ਵੀ ਹੈਗੇ ਨੇ, ਚਮਾਰ ਵੀ ਹੈਗੇ ਆ। ਹਾਂਜੀ, ਮਜੜੀ ਸਿੰਘ ਵੀ ਹੈਗੇ ਨੇ। ਠੀਕ ਹੈ ਜੀ, ਬਸ ਇਹੀ 3-4। ਹਾਂਜੀ, ਤੇ ਬਾਪੂ ਜੀ ਤੁਸੀਂ ਇੱਥੇ ਕਿੰਨੇ ਕੁ ਟਾਈਮ ਤੋਂ ਰਹਿ ਰਹੇ ਇਸ ਪਿੰਡ ਵਿੱਚ? ਅਸੀਂ ਜੀ ਇੱਥੇ 1962 ਚੋਂ ਇੱਥੇ ਰਹਿ ਰਹੇ ਹਾਂ। ਠੀਕ ਹੈ, ਇਹ ਜਿਹੜੇ ਸਾਰੇ ਲੋਕ ਇਸ ਪਿੰਡ ਚ ਰਹਿ ਰਹੇ ਨੇ ਇਹ ਕੋਈ ਮਤਲਬ ਪਾਰਟੀਸ਼ਨ ਦੇ ਟਾਈਮ ਦਾ ਵੀ ਹੈ ਜਾਂ ਬਾਕੀ ਉਸ ਤੋਂ ਬਾਅਦ ਹੀ 47 ਤੋਂ ਬਾਅਦ ਹੀ ਸਾਰੇ ਲੋਕ ਰਹਿ ਰਹੇ ਇਸ ਪਿੰਡ? 47 ਤੋਂ ਸਾਰੇ ਬਾਅਦ ਹੀ ਆਏ। ਅੱਛਾ, ਜਿਹੜੇ ਪਹਿਲੀ ਮੁਸਲਿਮ ਫੈਮਿਲੀ ਸੀ ਜਾਂ ਹੋਰ ਜੋ ਵੀ ਲੋਕ ਸੀ ਉਹ ਮਤਲਬ ਇੱਥੋਂ ਇੱਕ ਵਾਰ ਜਾ ਚੁੱਕੇ ਆ? ਇਹ ਪਿੰਡ ਦਾ ਸਕੂਲ ਹੈ ਜੀ, ਸਕੂਲ ਬੰਦ ਸੀ ਇਸ ਵਾਸਤੇ ਅਸੀਂ ਜ਼ਿਆਦਾ ਤੁਹਾਨੂੰ ਸਕੂਲ ਨਹੀਂ ਵਿਖਾ ਸਕਦੇ, ਗੇਟ ਦੇ ਬਾਹਰੋਂ ਹੀ ਸਾਨੂੰ ਵਾਪਸ ਆਉਣਾ ਪਿਆ। ਅਤੇ ਪਿੰਡ ਵਿੱਚ ਇੱਕੋ ਸਕੂਲ ਹੈ ਜੀ, ਕਿਉਂਕਿ ਸ਼ਹਿਰ ਦੇ ਨਜ਼ਦੀਕ ਹੋਣ ਕਰਕੇ ਇਹ ਪਿੰਡ ਸ਼ਹਿਰ ਵਿੱਚ ਹੀ ਪਿੰਡ ਆ ਚੁੱਕਾ ਆ। ਇਹ ਤੁਸੀਂ ਦੂਰੋਂ ਪਿੰਡ ਨੂੰ ਇੱਕ ਵਾਰ ਵੇਖ ਲਓ ਜੀ, ਅਤੇ ਕੋਈ ਜ਼ਿਆਦਾ ਫੈਸਿਲਿਟੀ ਨਹੀਂ, ਲੋਕ ਜ਼ਿਆਦਾ ਸ਼ਹਿਰ ਹੀ ਜਾਂਦੇ ਹਰ ਚੀਜ਼ ਵਾਸਤੇ। ਹਾਂਜੀ, ਇਹ ਪਿੰਡ ਨੂੰ ਬਾਹਰੋਂ ਦੇਖ ਸਕਦੇ ਹੋ ਜੀ, ਸਕੂਲ ਥੋੜ੍ਹਾ ਬਾਹਰ ਹੈ ਜੀ। ਜਿਵੇਂ ਕਿ ਸਕੂਲ ਹੈ ਜੀ ਆਪਣੇ ਪਿੰਡ ਇੱਥੇ? ਹੈਗਾ, ਸਰਕਾਰੀ ਸਕੂਲ ਹੈ। ਸਰਕਾਰੀ ਸਕੂਲ ਹੈ ਆ। ਅਤੇ ਹੋਰ ਕੀ ਆ ਜੀ ਆਪਣੇ, ਕੋਈ ਹੋਰ ਗੌਰਮੈਂਟੀ ਸੰਸਥਾ ਜੀ? ਹੋਰ ਕੁਛ ਨਹੀਂ ਹੈ ਸਕੂਲ ਤੋਂ ਵਗੈਰਾ। ਅੱਛਾ, ਸਿਰਫ ਇੱਕ ਸਰਕਾਰੀ ਸਕੂਲ ਆ। ਕੋਈ ਪਿੰਡ 'ਚ ਪੁਰਾਣਾ ਛੱਪੜ ਵੀ ਹੈਗਾ ਜੀ? ਨਹੀਂ ਹੁਣ। ਹਾਂਜੀ, ਕਲਵੰਤ ਸਿੰਘ ਜੀ, ਪਿੰਡ 'ਚ ਕਿੰਨੇ ਟਰੈਕਟਰ ਆ ਜੀ? ਟਰੈਕਟਰ ਤਕਰੀਬਨ ਹੁਣੇ ਆ 25 ਤੋਂ 30।
25 ਤੋਂ 30 ਟਰੈਕਟਰ ਇਸ ਪਿੰਡ ਚ ਤੇ ਵੱਡੀਆਂ ਕੰਪਾਈਨਾਂ ਵੀ ਹੈਗੀਆਂ ਜੀ ਪਹਿਲਾਂ ਹੁੰਦੀਆਂ ਸੀਗੀਆਂ ਹੁਣ ਨਹੀਂ ਹੈਗੀਆਂ ਤੇ ਜ਼ਮੀਨ ਪਿੰਡ ਦੀ ਕਿੰਨੀ ਆ ਜੀ ਜ਼ਮੀਨ 500 ਦੇ ਕਰੀਬ ਹੋਣੀ ਹੈ 500-700 ਗੱਲਾਂ ਹੈਗੀ ਆ ਜੀ ਠੀਕ ਹੈ ਤੇ ਬਾਕੀ ਪਿੰਡ ਦੇ ਲੋਕਾਂ ਦਾ ਮੇਨ ਕਿੱਤਾ ਮਤਲਬ ਖੇਤੀਬਾੜੀ ਹੈ ਜੀ ਠੀਕ ਹੈ ਜੀ ਠੀਕ ਹੈ ਇਸੇ ਤਰ੍ਹਾਂ ਹੀ ਜ਼ਮੀਨ ਦੇ ਸੰਨ ਵਿੱਚ ਪਿੰਡ ਹੈ ਜੀ ਤੇ ਆਸੇ ਪਾਸੇ ਇਸੇ ਪਿੰਡ ਦੀ ਜ਼ਮੀਨ ਹੈ ਤੁਸੀਂ ਦੇਖ ਸਕਦੇ ਹੋ ਦੂਜੇ ਐਂਗਲ ਤੋਂ ਵਿਖਾ ਰਹੇ ਹਾਂ ਜੀ ਘਰ ਨੇ ਦੂਜੇ ਪਾਸੇ ਜ਼ਮੀਨ ਹੈ ਜੀ ਹਾਂਜੀ ਇਹ ਸਾਡੇ ਦੇ ਇੱਧਰ ਜ਼ਮੀਨ ਹੈ ਚਾਰ ਚੁਫੇਰੇ ਪਿੰਡ ਦੇ ਅਤੇ ਸੰਨ ਵਿੱਚ ਘਰ ਨੇ ਇਹ ਜੀ ਬਹੁਤ ਪੁਰਾਣੀ ਇੱਕ ਦਰਗਾਹ ਜੀ ਕੋਈ ਰੱਬ ਦਾ ਬੰਦਾ ਕੋਈ ਰੱਬ ਦਾ ਪੀਰ ਹੋਏਗਾ ਜਿਹਨੇ ਰੱਬ ਦਾ ਨਾਂ ਲਿਆ ਹੋਏਗਾ ਜੀ ਅਤੇ ਇਹ ਉਹਨਾਂ ਦੀ ਦਰਗਾਹ ਜੀ ਪਿੰਡ ਦੇ ਬਾਹਰ ਬਾਹਰ ਹੈ ਜੀ ਨਜ਼ਦੀਕ ਨਾਲ ਵੇਖ ਸਕਦੇ ਹੋ ਜੀ ਪਿੰਡ ਦੇ ਬਾਹਰ ਬਾਜ ਇਹ ਦਰਗਾਹ ਜੀ ਇਹ ਜੀ ਇੱਕ ਬਹੁਤ ਪੁਰਾਣਾ ਕੰਸਟਰਕਸ਼ਨ ਆ ਜੀ ਇਸੇ ਪਿੰਡ ਵਿੱਚ ਆਉਂਦਾ ਜੀ ਇਹਦਾ ਇਤਿਹਾਸ ਵੀ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਜੀ ਇਸ ਪਿੰਡ ਦਾ ਮਤਲਬ ਇੱਕ ਮਤਲਬ ਜੇ ਤੁਸੀਂ ਕਹੋਗੇ ਤਾਂ ਇੱਕ ਨਾਮੀ ਜਗ੍ਹਾ ਆ ਇੱਕ ਨਾਮੀ ਕੰਸਟਰਕਸ਼ਨ ਆ ਜਿਹੜਾ ਬਹੁਤ ਪੁਰਾਣਾ ਅਤੇ ਪਿੰਡ ਦੇ ਲੋਕ ਜਿਹਨੂੰ ਆਪਣਾ ਇੱਕ ਬਹੁਤ ਹੀ ਵੱਡਾ ਗਰਵ ਸਮਝਦੇ ਆ ਇਹਦਾ ਜ਼ਿਆਦਾ ਇਤਿਹਾਸ ਦਾ ਮੈਨੂੰ ਪਤਾ ਨਹੀਂ ਹੈ ਪਰ ਜੋ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਪਿੰਡ ਦੇ ਨਾਲ ਹੀ ਹੈ ਜੀ ਇਹ ਕੰਸਟਰਕਸ਼ਨ ਜੀ ਧੰਨਵਾਦ ਜੀ ਧੰਨਵਾਦ ਜੀ